ਨੈਕਸਟ ਮਾਰਨਿੰਗ ਹੋ ਗਈ ਤੇ ਦੇਖੋ ਬਾਰਿਸ਼ ਵੀ ਸ਼ੁਰੂ ਹੋ ਗਈ, ਹਲਕੀ ਹਲਕੀ ਬੂੰਦਾਬਾਂਦੀ ਜੀ ਆ, ਜੋ ਕਿ ਪਲਾਂਟ ਲਈ ਬਹੁਤ ਵਧੀਆ ਗਾ, ਹੈ ਨਾ। ਹੁਣ ਇਹ ਬਹੁਤ ਵਧੀਆ ਹੋ ਜਾਣਗੇ, ਹਰੇ ਭਰੇ ਹੋ ਜਾਣਗੇ ਪਹਿਲਾਂ ਵਾਂਗੂ, ਕਿਉਂਕਿ ਦੇਖੋ ਇਸ ਤਰ੍ਹਾਂ ਸੁੱਕ ਧੁੱਪੇ ਸੀ। ਇਹਨਾਂ ਨੂੰ ਮੀਂਹ ਦੀ ਵੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਹੈਗੀ, ਹੈ ਨਾ, ਮੀਂਹ ਦੇ ਪਾਣੀ ਦੀ ਵੀ ਲੋੜ ਹੁੰਦੀ ਹੈ। ਹੁਣ ਇਹ ਵਧੀਆ ਹੋ ਜਾਣਗੇ, ਜਿਵੇਂ ਸਾਉਣ ਦੇ ਵਿੱਚ ਹਰੇ ਭਰੇ ਹੋ ਜਾਂਦੇ ਨੇ, ਉਸ ਤਰ੍ਹਾਂ ਹੁਣ ਇਹ 2-4 ਦਿਨ ਮੀਂਹ ਪੈ ਜਾਣ ਨਾਲ ਹੀ ਵਧੀਆ ਹੋ ਜਾਣਗੇ। ਆਹ ਦੇਖੋ ਇਹਦੀ ਗਰੋਥ ਕਿੰਨੀ ਵਧੀਆ ਹੋਣ ਲੱਗ ਗਈ। ਇਹ ਬਹੁਤ ਹਾਰਡੀ ਪਲਾਂਟ ਆ, ਪੈਂਸਲ ਕੈਕਟਸ, ਇਹ ਬਹੁਤ ਜ਼ਿਆਦਾ ਹਾਰਡੀ ਹੈਗਾ। ਬਾਕੀ ਸਾਰੇ ਵਧੀਆ ਹੋ ਜਾਣਗੇ ਹੁਣ ਮੀਂਹ ਨਾਲ। ਚਲੋ ਜੀ, ਹੁਣ ਚੱਲਦੇ ਆਪਾਂ ਅੰਦਰ, ਹੋਰ ਕੰਮ ਕਾਰ ਕਰਦੇ ਹਾਂ ਸ਼ੁਰੂ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਮੈਂ ਠੀਕ ਹਾਂ ਜੀ, ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ ਅਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ। ਲਓ ਜੀ, ਆ ਇੱਕ ਸਾਈਡ ਆਪਾਂ ਬੇਰੀ ਜਿਹੜੀ ਕੱਟ ਦਿੱਤੀ ਆ, ਅਤੇ ਥੋੜ੍ਹੀ ਜਿਹੀ ਆਪਾਂ ਇੱਕ ਸਾਈਡ ਵਾਲੀ ਰੱਖ ਲਈ, ਕਾਫੀ ਨੇ ਆਪਾਂ ਨੂੰ, ਹੈ ਨਾ, ਬੇਰ। ਅਤੇ ਸਵੇਰ ਦਾ ਟਾਈਮ ਆ ਜੀ, ਸ਼ੁੱਕਰਵਾਰ ਦਾ, ਜਾਣੀ ਕਿ ਅੱਜ ਦਾ ਹੀ ਵੀਡੀਓ ਇਹ। ਕੱਲ੍ਹ ਸਵੇਰੇ ਸਵੇਰੇ 7 ਵਜੇ ਬਹੁਤ ਜ਼ਿਆਦਾ ਜਿਹੜੀ ਮੈਨੂੰ ਬੁਰੀ ਖਬਰ ਮਿਲੀ, ਤਾਂ ਕਰਕੇ ਕੱਲ੍ਹ ਮੇਰਾ ਕੋਈ ਵੀ ਵੀਡੀਓ ਸ਼ੂਟ ਨਹੀਂ ਹੋਇਆ ਹੈਗਾ। ਅਤੇ ਬਹੁਤ ਜ਼ਿਆਦਾ ਬੁਰੀ ਖਬਰ ਮਿਲੀ, ਅਤੇ ਇਹ ਇੱਥੇ ਲੱਗੀ ਸੀਗੀ। ਮੈਂ ਚਲੋ ਅੱਗੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕੀ ਬੁਰੀ ਖਬਰ ਮਿਲੀ। ਇੱਥੇ ਲੱਗੀ ਸੀ ਮੈਂ ਵਾਸ਼ਰੂਮ ਸਾਫ਼ ਕਰਨ, ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀਗੇ ਇੱਥੇ ਨਾ, ਮਤਲਬ ਕਿ ਹੁਣ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਦੀ ਸਫਾਈ ਨਹੀਂ ਹੋਈ। ਕੁਛ ਤੁਹਾਨੂੰ ਪਤਾ ਹੀ ਹੈ ਜੀ, ਮੌਸਮ ਇਸ ਤਰ੍ਹਾਂ ਦਾ, ਹੈ ਨਾ, ਅਤੇ ਕੁਛ ਹੋ ਜਾਂਦਾ ਵੀ ਬੱਚੇ ਨੇ ਬਾਹਰੋਂ ਆਉਂਦੇ ਨੇ, ਪੈਰ ਪੂਰ ਧੋਂਦੇ ਆ ਤਾਂ ਹੋ ਜਾਂਦਾ, ਹੈ ਨਾ। ਬਾਕੀ ਮੇਰਾ ਜਿਹੜਾ ਨਹਾਉਣ ਵਾਲਾ ਸਾਡਾ ਟੱਬ ਸੀਗਾ ਉਹ ਟੁੱਟ ਗਿਆ ਸੀਗਾ, ਅਤੇ ਅਲਮੀਨੀਅਮ ਦਾ ਟੱਬ ਰੱਖਿਆ ਹੋਇਆ ਸੀਗਾ, ਉਹਦੇ ਕਰਕੇ ਵੀ ਥੋੜ੍ਹਾ ਜਿਹਾ ਹੋ ਸੀਗਾ। ਇੱਥੇ ਜਿਹੜਾ ਹਾਰਪਿਕਾ ਲਾ ਕੇ ਚੰਗੀ ਤਰ੍ਹਾਂ ਛੱਡ ਦੂੰਗੀ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੋਈ ਹੋਰ ਕੰਮ ਕਰੂੰਗੀ। ਜਿੱਦਾਂ ਆਪਣੇ ਇੱਥੇ ਮਸ਼ੀਨ ਵੀ ਲਾਈ ਹੋਈ ਆ, ਅਤੇ ਬਾਕੀ ਆਪਣਾ ਜਿਵੇਂ ਕਿ ਅੰਦਰ ਥੋੜ੍ਹਾ ਬਹੁਤਾ ਕੰਮ ਕਰ ਲਊਂ, ਜਿਵੇਂ ਕਿ ਵਾਸ਼ਰੂਮ ਵਗੈਰਾ ਸਾਫ਼ ਕਰਦੀ ਹਾਂ, ਤਾਂ ਅੰਦਰਲੇ ਕੰਮ ਮੈਂ ਕਰਦੀ ਨਹੀਂ ਹੈਗੀ, ਘੱਟ ਹੀ ਕਰਦੀ ਹੈਗੀ, ਕਿਉਂਕਿ ਮੈਨੂੰ ਇਹ ਹੁੰਦਾ ਵੀ ਨਹਾ ਕੇ ਫਿਰ ਕਿਸੇ ਚੀਜ਼ ਨੂੰ ਹੋਰ ਨੂੰ ਹੱਥ ਪਾਵਾਂ, ਹੈ ਨਾ, ਅੰਦਰ ਜਾ ਕੇ ਵੀ। ਬਾਰ ਬਾਰ ਦਾ ਮੈਂ ਕਰ ਦੂੰਗੀ, ਜਿਵੇਂ ਹੁਣ ਕੱਪੜੇ ਹੋ ਗਏ, ਕੱਪੜੇ ਮੈਂ ਵਾਸ਼ ਕਰਕੇ ਸੁੱਕਣੇ ਪਾ ਦੂੰਗੀ, ਜਿਵੇਂ ਵਿਹੜਾ ਵਗੈਰਾ ਹੈਗਾ ਉਹ ਸਾਫ਼ ਕਰ ਲੂੰਗੀ ਬਾਹਰੋਂ, ਹੁਣ ਝਾੜੂ ਵਗੈਰਾ ਜਾਣੀ ਕਿ ਉਹ ਲਾ ਦੂੰਗੀ, ਹੈ ਨਾ, ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਉਹ ਕਰ ਲੈਂਦੀ ਹੈਗੀ। ਅਤੇ ਚਲੋ ਜੀ, ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਫਰਸ਼ 'ਤੇ ਵੀ, ਉੱਪਰ ਟਾਈਲਾਂ 'ਤੇ ਵੀ, ਨੀਚੇ ਵੀ ਲਾ ਕੇ ਰੱਖ ਦਾਂਗੇ ਆਪਾਂ 10 ਕੁ ਮਿੰਟ ਲਈ। 10 ਕੁ ਮਿੰਟਾਂ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਆਪਾਂ ਧੋ ਦੇਵਾਂਗੇ, ਹੈ ਨਾ। ਬਸ ਇਹ ਆ ਵੀ ਸਾਫ਼ ਹੋ ਜਾਣਗੇ। ਡੀਪ ਕਲੀਨਿੰਗ ਤਾਂ ਦੇਖੋ ਨਹੀਂ ਕਹਿ ਸਕਦੀ ਇਹਨੂੰ ਮੈਂ ਵੀ ਜ਼ਿਆਦਾ ਡੀਪ ਕਲੀਨਿੰਗ ਕੀਤੀ ਹੈਗੀ ਵੀ ਪੂਰਾ ਚਮਕਾਇਆ ਗਾ ਸਾਰਾ ਵਾਸ਼ਰੂਮ ਕਲੀਨ ਕੀਤਾ। ਹਾਂ, ਜਿਹੜੀ ਮਤਲਬ ਕਿ ਟੱਬ ਵਗੈਰਾ ਜਾਂ ਬੈਠਣ ਵਾਸਤੇ ਸਟੂਲ ਵਗੈਰਾ ਰੱਖਿਆ ਹੁੰਦਾ ਅੰਦਰ, ਹੈ ਨਾ, ਜਾਂ ਸਾਬਣ ਵਗੈਰਾ ਜਾਂ ਸ਼ੈਂਪੂ ਵਗੈਰਾ ਰੱਖਦੇ ਹਾਂ, ਰੈਕ ਹੁੰਦੀ ਆ, ਉਹ ਮੈਂ ਕਰ ਦਿੰਦੀ ਹਾਂ ਥੋੜ੍ਹੇ ਦਿਨਾਂ ਬਾਅਦ ਸਾਫ਼। ਵਾਸ਼ਰੂਮ ਨੂੰ ਹੁਣ ਥੋੜ੍ਹਾ ਟਾਈਮ ਹੋ ਗਿਆ ਸੀਗਾ, ਮੈਂ ਕਿਹਾ ਚਲੋ ਅੱਜ ਸਵੇਰੇ ਸਵੇਰੇ ਇਹ ਕੰਮ ਜਿਹੜਾ ਖਤਮ ਕਰ ਦੇਵਾਂ, ਹੈ ਨਾ। ਲਓ ਜੀ, ਮਸ਼ੀਨ 'ਚ ਕੱਪੜੇ ਪਾਏ ਹੋਏ ਨੇ, ਉਸ ਤੋਂ ਬਾਅਦ ਉੱਧਰ ਵਾਸ਼ਰੂਮ ਮੈਂ ਲਾ ਕੇ ਆ ਗਈ ਸੀ। ਹਾਰਪਿਕ ਕਮਲ ਬਣਾ ਰਹੀ ਇੱਥੇ ਫੁਲਕੇ ਸਵੇਰ ਟਾਈਮ ਦੇ, ਅਤੇ ਮੈਂ ਲੱਗੀ ਇੱਥੇ ਝਾੜੂ ਲਾਉਣ। ਥੋੜ੍ਹਾ ਝਾੜੂ ਲਾਵਾਂ,
ਲਓ ਜੀ ਇੱਥੇ ਦੁਬਾਰਾ ਆ ਗਈ ਸੀਗੀ ਮੈਂ, ਲੱਗ ਗਈ ਸੀਗੀ ਵਾਸ਼ਰੂਮ ਨੂੰ ਧੋਣ। 10 ਮਿੰਟ ਬਾਅਦ ਧੋਤਾ ਸੀਗਾ ਇਹ। ਉਸ ਤੋਂ ਪਹਿਲਾਂ ਮੈਂ ਝਾੜੂ ਲਾਤਾ ਸੀਗਾ ਮੋਟਾ ਮੋਟਾ ਸਾਰੇ। ਫਿਰ ਮੈਨੂੰ ਇਹ ਸੀ ਵੀ ਇਸ ਤੋਂ ਬਾਅਦ ਮੇਰੀ ਮਸ਼ੀਨ ਵੀ ਲਾਈ ਹੋਈ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਵੀ। ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੋ ਕੇ ਅਤੇ ਨਹਾ ਲੂੰਗੀ, ਫਿਰ ਆਪਣਾ ਪੋਚੇ ਲਗਾਊਂਗੀ ਖਾਣਾ ਖਾ ਕੇ, ਹੈ ਨਾ। ਵੀ ਇਹ ਠੰਡੇ ਠੰਡੇ ਚਲੋ ਇਹ ਕੰਮ ਨੇ ਜਿਹੜੇ ਕਰ ਦੇਵਾਂ ਖਤਮ, ਹੈ ਨਾ, ਵੀ ਸਾਰੇ ਖਤਮ ਹੋ ਜਾਣਗੇ। ਉਸ ਤੋਂ ਬਾਅਦ ਫਿਰ ਟੈਨਸ਼ਨ ਜੀ ਨਹੀਂ ਰਹਿੰਦੀ। ਬਾਕੀ ਮੌਸਮ ਜਿਹੜਾ ਚਲੋ ਠੰਡਾ ਵੀ ਆ ਗਰਮ ਵੀ ਆ। ਠੰਡਾ ਇਸ ਕਰਕੇ ਵੀ ਕਈ ਵਾਰ ਹਵਾ ਚੱਲ ਪੈਂਦੀ ਹੈ, ਬੱਦਲ ਹੋ ਜਾਂਦੇ ਨੇ, ਫਿਰ ਜਦੋਂ ਜ਼ਿਆਦਾ ਥੋੜ੍ਹੀ ਜਿਹੀ ਧੁੱਪ ਨਿਕਲੇ ਹੁੰਦੀ ਬੱਦਲਾਂ ਦੀ ਗਰਮੈਸ ਵੀ ਹੋ ਜਾਂਦੀ ਆ। ਠੰਡਾ ਤਰਤਾ ਜਿਹਾ ਮੌਸਮ ਹੋਇਆ ਪਿਆ ਇਸ ਤਰ੍ਹਾਂ, ਹੈ ਨਾ। ਮਤਲਬ ਮੇਰੇ ਖਿਆਲ ਦੇ ਵਿੱਚ ਇਹ ਸਾਰੇ ਕੀਤੀ ਹੈਗਾ ਇਹ ਮੌਸਮ ਆ ਜਿਹੜਾ ਹੁਣ ਇਸ ਤਰ੍ਹਾਂ। ਸਿੱਲ ਬਹੁਤ ਜ਼ਿਆਦਾ ਹੋਈ ਪਈ ਹੈਗੀ, ਕਿਤੇ ਮੀਂਹ ਆ ਜਾਂਦਾ ਕਦੀ ਵਾਰ ਨਹੀਂ। ਮੀਂਹ ਤਾਂ ਦੇਖੋ ਨਹੀਂ ਆਉਂਦਾ ਜ਼ਿਆਦਾ, ਬਸ ਕਿਣਮਣ ਕਿਣੀ ਜੀ ਕਿਤੇ ਕਿਤੇ ਹੋ ਜਾਂਦੀ ਹੈਗੀ। ਬਾਕੀ ਇਸ ਤਰ੍ਹਾਂ ਚਲੋ ਆਲੇ ਦੁਆਲੇ ਜੇ ਹੋਰ ਕਿਤੇ ਪੈ ਜਾਂਦਾ ਤਾਂ ਥੋੜ੍ਹਾ ਜਿਹਾ ਉਹ ਹੋ ਜਾਂਦਾ ਗਾ, ਹੈ ਨਾ। ਅਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਰਗੜ ਰਗੜ ਕੇ, ਜਿਵੇਂ ਕਿ ਨਾ ਸਾਡਾ ਟੱਬ ਜਿਹੜਾ ਟੁੱਟ ਗਿਆ ਸੀ, ਉਸ ਤੋਂ ਬਾਅਦ ਫਿਰ ਐਲੂਮੀਨੀਅਮ ਦਾ ਜਿਹੜਾ ਟੱਬ ਸੀਗਾ ਵੱਡਾ ਸਨੀ ਨੇ ਉਹ ਰੱਖ ਲਿਆ। ਉਹ ਜਦੋਂ ਪਾਣੀ ਦਾ ਭਰਿਆ ਹੋਇਆ ਇੱਧਰ ਉੱਧਰ ਆਪਾਂ ਖਿੱਚਦੇ ਸੀ ਜਾਂ ਉੱਦਾਂ ਵੀ ਆਪਾਂ ਖਿੱਚਦੇ ਸੀ ਉਹਨੂੰ, ਹੈ ਨਾ, ਖਾਲੀ ਨੂੰ, ਉਹ ਨੀਚੇ ਨਾ ਟਾਇਲਸ ਦੇ ਜਿਹੜੀਆਂ ਨੀਚੇ ਬਲੈਕ ਬਲੈਕ ਹੋ ਜਾਂਦਾ ਸੀਗਾ। ਅਤੇ ਬਾਕੀ ਕਾਫੀ ਟਾਈਮ ਹੋ ਗਿਆ ਸੀ ਬਾਥਰੂਮ ਦੀ ਡੀਪ ਕਲੀਨਿੰਗ ਜਿਹੜੀ ਕੀਤੀ ਨਹੀਂ ਸੀਗੀ, ਪਰ ਇਹ ਸੀ ਅੱਜ ਵੀ ਮੋਟਾ ਮੋਟਾ ਕਰਿਆ ਸਾਫ਼, ਵੀ ਉਨੀ ਡੀਪ ਕਲੀਨਿੰਗ ਨਹੀਂ ਕੀਤੀ ਜਿਸ ਤਰ੍ਹਾਂ ਮੈਂ ਮਤਲਬ ਪਹਿਲਾਂ ਡੀਪ ਕਲੀਨਿੰਗ ਕਰਦੇ ਚਮਕਾ ਦਿੰਦੇ ਹਾਂ, ਪਰ ਇਹ ਸੀ ਵੀ ਅੱਜ ਵਧੀਆ ਤਰੀਕੇ ਨਾਲ ਸਾਫ਼ ਕਰਤਾ ਸੀਗਾ, ਇਸ ਤਰ੍ਹਾਂ ਹੋ ਗਿਆ ਸੀਗਾ, ਹੈ ਨਾ। ਅਤੇ ਚਲੋ ਜੀ ਇਹਨੂੰ ਸਾਫ਼ ਕਰਕੇ ਉਸ ਤੋਂ ਬਾਅਦ ਕੱਪੜੇ ਧੋਊਂਗੀ। ਕੱਪੜੇ ਧੋ ਕੇ ਫਿਰ ਮੈਂ ਨਾਲ ਦੀ ਨਾਲ ਨਹਾ ਲੈਣਾ ਗਾ, ਬਸ ਕੱਪੜਿਆਂ ਦਾ ਕੰਮ ਖਤਮ ਕਰਕੇ ਫਿਰ ਖਾਣਾ ਖਾ ਕੇ ਫਿਰ ਅੰਦਰਲੇ ਕੰਮ ਦੇਖਾਂਗੇ। ਚਾਏ ਬਣਾਈ ਹੋਈ ਹੈ, ਲਓ ਜੀ ਇੱਥੇ ਕੱਪੜੇ ਸੁੱਕਣੇ ਪਾਉਣ ਲੱਗ ਗਈ ਸੀ ਮੈਂ। ਕੱਪੜੇ ਮੇਰੇ ਪੂਰੀ ਤਰ੍ਹਾਂ ਭਿੱਜ ਗਏ ਸੀਗੇ, ਇਸਤੇ ਨਾ ਝਾੜੂ ਮੈਂ ਲਗਾਤਾ ਸੀਗਾ, ਪਰ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਥੋੜ੍ਹੇ ਬਹੁਤੇ ਕੱਪੜੇ ਹੋਰ ਸੀਗੇ ਉਹ ਧੋਤੇ ਸੀਗੇ। ਕੱਪੜਿਆਂ ਦਾ ਜਾਣੀ ਕਿ ਕੰਮ ਖਤਮ ਕਰਕੇ ਉਸ ਤੋਂ ਬਾਅਦ ਫਿਰ ਮੈਂ ਨਹਾਉਣ ਚਲੀ ਗਈ ਸੀ। ਪਹਿਲਾਂ ਮੈਂ ਕਿਹਾ ਨਹਾ ਕੇ ਫਿਰ ਆਪਣੇ ਕੰਮ ਕਾਰ ਨੇ ਜਿਹੜੇ ਪੋਚਾ ਵਗੈਰਾ ਨਾ ਬਾਅਦ 'ਚ ਲਗਾਵਾਂਗੇ। ਅਤੇ ਇੱਕ ਨਾ ਕੱਲ੍ਹ ਸਵੇਰੇ 7 ਵਜੇ, ਮਤਲਬ ਕਿ ਕੱਲ੍ਹ ਸ਼ੁੱਕਰਵਾਰ ਵਾਲੇ ਦਿਨ ਤਾਂ ਕੋਈ ਮੇਰਾ ਵੀਡੀਓ ਬਣਿਆ ਹੀ ਨਹੀਂ ਹੈਗਾ। ਕਿਉਂ ਨਹੀਂ ਬਣਿਆ ਜੀ? ਕੱਲ੍ਹ ਸਵੇਰੇ ਉੱਠੀ ਮੈਂ, ਉੱਠ ਕੇ ਆਪਣਾ ਚਾਹ ਪਾਣੀ ਪੀਤਾ, ਹਜੇ ਚਾਹ ਪੀ ਕੇ ਬੈਠੇ ਹੀ ਸੀਗੇ ਸਾਰੇ ਜਣੇ, ਅਤੇ ਪੇਕੇ ਸਾਈਡ ਬਹੁਤ ਜ਼ਿਆਦਾ, ਮਤਲਬ ਕਿ ਪੇਕੇ ਸਾਈਡ ਤੋਂ ਬਹੁਤ ਜ਼ਿਆਦਾ ਬੁਰੀ ਖਬਰ ਮਿਲੀ। ਮੰਮੀ ਨੇ 7 ਵਜੇ ਫੋਨ ਕੀਤਾ, ਕਹਿੰਦੇ ਵੀ ਤੇਰੀ ਮਤਲਬ ਕਿ ਮਾਸੀ ਦੀ ਡੈਥ ਹੋ ਗਈ।
ਜਾਣੀ ਕਿ ਮੇਰੇ ਜਿਹੜੇ ਤਾਈ ਜੀ ਸੀਗੇ ਉਹਨਾਂ ਦੀ ਨਾ ਡੈਥ ਹੋ ਗਈ, ਐਕਸਪਾਇਰ ਹੋ ਗਈ। ਉਹਨਾਂ ਨੂੰ ਸੀਗਾ ਸ਼ੂਗਰ ਅਟੈਕ ਹੋ ਗਿਆ ਸ਼ਾਮ ਨੂੰ। ਵੀਰਵਾਰ ਵਾਲੇ ਦਿਨ ਬਿਲਕੁਲ ਠੀਕ ਸੀ, ਕਹਿੰਦੇ ਵੀ ਸੁਬਾਹ ਹੀ 5 ਵਜੇ ਸ਼ੁੱਕਰਵਾਰ ਵਾਲੇ ਦਿਨ ਜਾਣੀ ਕਿ ਕੱਲ੍ਹ ਉਹਨਾਂ ਦੀ ਜਿਹੜੀ ਡੈਥ ਹੋ ਗਈ, ਬਹੁਤ ਜ਼ਿਆਦਾ ਬੁਰੀ ਖਬਰ ਮਿਲੀ। ਦੇਖੋ ਅਸੀਂ ਮਤਲਬ ਮੇਰੇ ਪੇਕੇ ਸਾਈਡ ਮੇਰਾ ਕਾਫੀ ਵੱਡਾ ਪਰਿਵਾਰ ਹੈਗਾ। ਮੇਰੇ ਮਤਲਬ ਕਿ ਬਾਪੂ ਜੀ ਨੇ, 4 ਭਰਾ ਨੇਗੇ ਮੇਰੇ, ਮਤਲਬ ਕਿ ਪਾਪਾ ਨੇ ਜਿਹੜੇ 4 ਭਰਾ ਨੇਗੇ, ਹੈ ਨਾ। ਅਤੇ 4 ਭਰਾਵਾਂ ਦੇ ਵਿੱਚੋਂ ਮੇਰੇ ਵੱਡੇ ਤਾਇਆ ਜੀ, ਤਾਈ ਜੀ, ਉਹਨਾਂ ਦੀ ਡੈਥ ਹੋ ਚੁੱਕੀ ਹੈ ਕਾਫੀ ਸਾਲ ਪਹਿਲਾਂ। ਉਹਨਾਂ ਦਾ ਇੱਕ ਬੇਟਾ ਸੀ ਛੋਟਾ, ਜੋ ਕਿ ਵਿਆਹ ਹੋਇਆ ਸੀ, 2 ਛੋਟੀਆਂ ਬੇਟੀਆਂ ਨੂੰ ਛੱਡ ਕੇ ਚਲਿਆ ਗਿਆ, ਹੈ ਨਾ। ਉਹਦੀ ਡੈਥ ਹੋ ਗਈ ਸੀ। ਹੁਣ ਇਹ ਤਾਈ ਜੀ ਦੀ ਡੈਥ ਹੋ ਗਈ। ਮੇਰੇ ਦਾਦੀ ਜੀ ਚਲੇ ਗਏ, ਦਾਦਾ ਜੀ ਚਲੇ ਗਏ। ਚਲੋ ਉਹ ਇਹ ਸੀਗਾ ਵੀ ਚਲੋ ਉਮਰ ਹੋ ਜਾਂਦੀ ਹੈ ਜਿਨ੍ਹਾਂ ਦੀ ਉਹਨਾਂ ਨੇ ਜਾਣਾ ਹੀ ਆ, ਪਰ ਜਿਹੜੇ ਬਿਨਾਂ ਇਸ ਛੋਟੀ ਉਮਰ 'ਚ ਚਲੇ ਜਾਂਦੇ ਨੇ, ਉਹਨਾਂ ਦਾ ਬਹੁਤ ਜ਼ਿਆਦਾ ਦੁੱਖ ਹੁੰਦਾ। ਮੇਰੇ ਪਰਿਵਾਰ ਦੇ ਵਿੱਚੋਂ ਕਾਫੀ ਮੈਂਬਰਾਂ ਦੀ ਜਿਹੜੀ ਡੈਥ ਹੋ ਗਈ ਆ, ਅਤੇ ਮੈਂ ਬਹੁਤ ਜ਼ਿਆਦਾ ਮਿਸ ਵੀ ਕਰਦੀ ਹਾਂ, ਹੈ ਨਾ। ਦੇਖੋ ਮੈਂ ਸਾਹਮਣੇ ਬਿਲਕੁਲ ਵੀ ਇਹ ਗੱਲਾਂ ਨਹੀਂ ਕਹਿੰਦੀ, ਹੈ ਨਾ, ਕਿਸੇ ਨੂੰ ਵੀ। ਮੈਂ ਆਪਣੇ ਪੇਕੇ ਸਾਈਡ ਜਾਂ ਮੇਰੇ ਸਹੁਰੇ ਸਾਈਡ ਨੇ, ਮਤਲਬ ਕਿ ਮੇਰੇ ਤੋਂ ਕਹਿ ਹੀ ਨਹੀਂ ਹੁੰਦਾ ਵੀ ਮੈਂ ਮਤਲਬ ਕਿ ਸਭ ਨੂੰ ਇੰਨਾ ਪਿਆਰ ਕਰਦੀ ਹਾਂ, ਪਤਾ ਨਹੀਂ ਕਿਉਂ ਮੇਰੇ ਤੋਂ ਕਿਹਾ ਨਹੀਂ ਜਾਂਦਾ। ਬਸ ਇਸ ਵੀਡੀਓ ਰਾਹੀਂ ਮੈਂ ਕਹਿ ਰਹੀ ਹਾਂ ਵੀ ਸਾਰਿਆਂ ਨੂੰ ਮੈਂ ਆਪਣੇ ਪੇਕੇ ਸਾਈਡ ਨੇ, ਚਾਹੇ ਉਹ ਮੇਰੇ ਮਤਲਬ ਕਿ ਸਭ ਨੂੰ ਮੈਂ ਬਹੁਤ ਜ਼ਿਆਦਾ ਮਤਲਬ ਪਿਆਰ ਕਰਦੀ ਹਾਂ, ਹੈ ਨਾ। ਦੇਖੋ ਚਾਚੇ ਤਾਏ, ਹੈ ਨਾ, ਉਹ ਪਿਓ ਹੁੰਦੇ ਨੇ। ਮਾਸੀਆਂ, ਤਾਚੀਆਂ, ਤਾਈਆਂ, ਮਾਵਾਂ ਹੁੰਦੀਆਂ ਨੇ। ਦੇਖੋ, ਹੈ ਨਾ, ਉਹਨਾਂ ਨੇ ਲਾਡ ਲੜਾਇਆ, ਪਾਲਿਆ, ਹੈ ਨਾ, ਉਹਨਾਂ ਦੇ ਹੱਥਾਂ 'ਚ ਪਲਿਆ, ਖਾਣਾ ਪੀਣਾ। ਬਹੁਤ ਜ਼ਿਆਦਾ ਦੁੱਖ ਦੀ ਘੜੀ ਸੀਗੀ ਕੱਲ੍ਹ, ਅਤੇ ਕੱਲ੍ਹ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤਾ। ਜਿਹੜਾ ਇਹ ਬਲੌਗ ਆ ਸਵੇਰ, ਸਾਰਾ ਜਿਹੜਾ ਬਲੌਗ ਆ ਇਹ ਅੱਜ ਸਵੇਰ ਦਾ ਹੀ ਹੈਗਾ। ਅੱਜ ਮਤਲਬ ਕਿ ਤਾਜ਼ਾ ਤਾਜ਼ਾ ਵੀਡੀਓ ਤੁਹਾਡੇ ਕੋਲ ਆ ਰਿਹਾ। ਚਲੋ ਜੀ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇਣ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਹੋਰ ਤਾਂ ਆਪਾਂ ਕੁਛ ਕਰ ਨਹੀਂ ਸਕਦੇ। ਦੇਖੋ ਨਾ, ਪਰਮਾਤਮਾ ਅੱਗੇ ਕੋਈ ਆਪਣੀ ਬਾਹ ਨਹੀਂ ਚੱਲਦੀ। ਪਰਮਾਤਮਾ ਅੱਗੇ ਬਸ ਇਹੀ ਅਰਦਾਸ ਵੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਲਓ ਜੀ, ਇੱਕ ਝਲਕ ਤੁਹਾਨੂੰ ਆਪਾਂ ਅੱਜ ਪਲਾਂਟ ਵੀ ਦਿਖਾ ਦਿੰਦੇ ਹਾਂ। ਥੋੜ੍ਹੀ ਥੋੜ੍ਹੀ ਬਾਰਿਸ਼ ਹੁੰਦੀ ਹੈ, ਪਰ ਇਹ ਹਰੇ ਭਰੇ ਹੋਣ ਲੱਗ ਗਏ। ਦੇਖੋ ਇਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਵਧੀਆ ਗਰੋਥ ਹੋਣ ਲੱਗ ਗਈ, ਅਤੇ ਮੌਸਮ ਹਜੇ ਵੀ ਦੇਖੋ ਇਸ ਤਰ੍ਹਾਂ ਹੀ ਹੈ, ਬੱਦਲਵਾਈ ਹੈ, ਸੋਹਣਾ ਮੌਸਮ ਹੈਗਾ। ਹੈਲੋ ਗਾਈਸ, ਓਹੋ ਓਹੋ, ਯੈਸ, ਚਾਹ ਗਰਮ ਹੋ ਰਹੀ ਆ। ਕੀ ਕਹਿਣਾ ਵੇ ਤੂੰ, ਐਡਾ ਬੋਟਲ ਕਿਵੇਂ ਹੋਇਆ ਅਕਲ ਤੈਨੂੰ ਹਾਲੇ ਤੱਕ ਗਈ? ਬਿੱਜੂ ਬਿੱਜੂ, ਬਿਨਾਂ ਅਕਲ ਤੋਂ ਐਡਾ ਵੱਡਾ ਹੋ ਗਿਆ ਇਹ। ਕਿੰਨਾ ਸੋਹਣਾ ਮੌਸਮ ਹੋ ਰਿਹਾ। ਲਓ ਜੀ, ਕੱਪੜੇ ਸੀਗੇ ਜਿਹੜੇ ਸਾਰੇ ਆਪਾਂ ਧੋ ਤੇ, ਸੁੱਕਣੇ ਪਾ ਤੇ, ਹੁਣੇ ਸੁੱਕ ਜਾਣ। ਪਰ ਮੀਂਹ ਦਾ ਕੋਈ ਪਤਾ ਨਹੀਂ ਜੀ ਕਿਹੜੇ ਟਾਈਮ ਆ ਜੇ। ਇਸ ਟਾਈਮ ਇਹ ਤੀ ਵੀ ਕਦੋਂ ਰੱਬ ਭਰਾਊ ਹੋ ਜਾਵੇ ਕੋਈ ਪਤਾ ਨਹੀਂ ਹੈਗਾ, ਹੈ ਨਾ। ਉਹਦੇ ਪੈਰ ਤੇ ਅੱਛਾ
ਲੱਗਦਾ ਹੁਣ। ਅਲਕਾ ਤਾਂ ਸਿਪਲੀ ਨੂੰ ਵੇਖ ਕੇ ਰਾਹ ਵੀ ਨੀ ਦਿਖਣਾ ਹੈਗਾ ਭੱਜਣ ਨੂੰ। ਹੌਲੀ ਹੌਲੀ ਵੱਡਿਆ ਜਾਊਗਾ, ਹੋਰ ਜ਼ੋਰ ਲੱਗ ਜਾਂਦਾ ਪੂਰਾ। ਕਾਫੀ ਵੱਡਾ ਹੋ ਰਿਹਾ ਵੱਡਣ ਵਾਲਾ ਹੁਣ। ਹੋ ਗਿਆ ਕਿਹੋ ਬਣਦੀ ਆ ਆ, ਥੋੜੇ ਜਿਹਾ ਹੋ ਰਿਹਾ ਹੈਗਾ ਵੀ ਕੱਟ ਹੀ ਦਿਓ। ਫੁਕਰਬੰਦੀ ਨਹੀਂ ਹੈਗੀ ਸਾਡਾ ਨੀ ਕਸੂਰ, ਸਾਡਾ ਜਿਹੜਾ ਸੰਗਰੂਰ ਨਵੇਂ ਬੂਟੇ ਲੱਗ ਜਾਂਦੇ। ਹਾਂ ਉਹ ਲੈ ਦੂ ਪਰਾਂ ਚੁਕਾ ਦਾਂਗੇ।
ਦਮਾ ਫੁੱਟਿਆ ਇਹ ਅੰਦਰ ਹੋ ਗਿਆ ਹਾਂ ਵਿੱਚ ਚਲ ਚੱਲ ਇੱਕ ਵਾਰ ਨਾਲ ਪੀ ਲਾਂਗੇ, ਬਾਅਦ ਚੋਂ ਹੋਰ ਪਾਪਾ ਪੀ ਲਾਂਗੇ। ਚਾਹ ਪੀਣੀ ਆ? ਚਾਹ ਜੇ ਪੀਣੀ ਆ ਨਾਲ ਲੱਗ ਵੀ ਦੁਕਾਨ ਆ, ਉੱਥੇ ਪੀਓ। ਚਾਹ ਪਾਉਣਾ, 6 ਕੱਪਾਂ ਚ ਪੀਵਾਂਗੇ। ਲਓ ਜੀ, ਚਾਹ ਬਣ ਗਈ ਸੀ ਇੱਥੇ। ਅੱਜ ਆਪਾਂ ਨਵੇਂ ਕੱਪਾਂ ਦੇ ਵਿੱਚ ਚਾਹ ਪੀ ਰਹੇ ਹਾਂ, ਜਿਹੜੇ ਆਪਾਂ ਉਸ ਦਿਨ ਕੱਪ ਮੰਗਵਾਏ ਸੀਗੇ ਗਲਾਸ ਦੇ, ਅਤੇ ਬਹੁਤ ਵਧੀਆ ਕੁਆਲਿਟੀ ਹੈ ਜੀ। ਮੰਗਾਉਣਾ ਚਾਹੁੰਦੇ ਮੰਗਾ ਲਏ, ਪਰ ਥੋੜ੍ਹਾ ਸਾਈਜ਼ ਪਰ ਠੀਕ ਆ ਜੀ। ਜਿਹੜੇ ਆਪਾਂ ਨੋਰਮਲੀ ਜੀ ਚਾਹ ਘੱਟ ਪੀਂਦੇ ਹਾਂ ਨਾ, ਜੇ ਕੋਈ ਜ਼ਿਆਦਾ ਨਹੀਂ ਪੀਂਦੇ ਤਾਂ ਉਹਨਾਂ ਲਈ ਠੀਕ ਨੇ, ਬਹੁਤ ਵਧੀਆ ਨੇ, ਮੰਗਵਾ ਸਕਦੇ ਹੋ ਤੁਸੀਂ। ਕੱਪ ਬਹੁਤ ਵਧੀਆ ਸੀ, ਮੈਂ ਕਿਹਾ ਚਲੋ ਚਾਹ ਵੀ ਪੀ ਕੇ ਦੇਖ ਲਈ ਹੋਣੀ। ਸਨੀ ਦੇ ਵੀ ਪਸੰਦ ਆਏ, ਕਲੇਅਰ ਸਾਹਿਬ ਦੇ, ਮੈਨੂੰ ਵੀ ਪਸੰਦ ਆਏ। ਚਾਹ ਪੀਣ ਦਾ ਨਾ ਇਸ 'ਚ ਅਲੱਗ ਹੀ ਟੇਸਟ ਆਇਆ ਅੱਜ। ਅਸੀਂ ਮੈਂ ਕਿਹਾ ਵੀ ਚਾਹ ਆਪਾਂ ਹੁਣ ਪੀ ਕੇ ਵੀ ਦੇਖ ਲਈਏ, ਜਦੋਂ ਮੰਗਾ ਹੀ ਲਿਆ ਹੈ ਨਾ। ਵੀ ਇੱਕ ਦਿਨ ਪਹਿਲਾਂ ਆਏ ਸੀਗੇ ਇਹ, ਅਤੇ ਆਪਾਂ ਮੈਂ ਕਿਹਾ ਵੀ ਚੱਲ ਦੇਖ ਲੈਂਦੇ ਹਾਂ ਅੱਜ ਚਾਹ ਪੀ ਕੇ, ਤਾਂ ਦੇਖੀ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਉਹਨੂੰ ਦੇਖਣਾ ਤਾਂ ਚਾਹੀਦਾ ਹੈ ਨਾ, ਚਾਹ ਤਾਂ ਹੁੰਦਾ ਹੀ ਹੈਗਾ। ਚਲੋ ਜੀ, ਇਸ ਵੀਡੀਓ ਦਾ ਤਾਂ ਆਪਾਂ ਇੱਥੇ ਐਂਡ ਕਰਾਂਗੇ ਹੈ ਨਾ, ਅਤੇ ਬਾਕੀ ਲਾਈਕ ਕਰਿਓ ਜੀ ਵੀਡੀਓ ਨੂੰ, ਜਿਵੇਂ ਜਿਵੇਂ ਤੁਹਾਡੇ ਨਾਲ ਵੀਡੀਓ ਬਣਨੀ ਉਵੇਂ ਉਵੇਂ ਸ਼ੇਅਰ ਕਰਾਂਗੇ। ਲਿਓ ਜੀ, ਨਿਊ ਕੱਪਾਂ ਦੇ ਵਿੱਚ ਆਪਾਂ ਚਾਹ ਜਿਹੜੀ ਆ ਪਾ ਲਈ ਆ। ਚਲੋ ਜੀ, ਫਿਰ ਮਿਲਦੇ ਹਾਂ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ। ਬਾਏ ਬਾਏ, ਟੇਕ ਕੇਅਰ।